ਹਾਂਜੀ, ਸਭ ਦਾ ਇਮੈਂਸ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਿੰਡ ਜਾਜਾ ਦੀ ਸੈਰ ਕਰਾਵਾਂਗਾ। ਆਲਰੇਡੀ ਮੈਂ ਇੱਕ ਪਾਰਟ 1 ਬਣਾਇਆ ਹੋਇਆ ਹੈ ਜਿਸ ਦਾ ਕਿ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗਾ, ਸੋ ਪਲੀਜ਼ ਪਾਰਟ 1 ਵੀ ਜ਼ਰੂਰ ਦੇਖੋ। ਇਹ ਵੀਡੀਓ ਮੈਂ ਖਾਸ ਉਹਨਾਂ ਸੱਜਣਾ ਮਿੱਤਰਾਂ ਲਈ ਬਣਾਈ ਹੈ ਜੋ ਕਿ ਪਿਛਲੇ 1 ਸਾਲ ਤੋਂ ਕਰੋਨਾ ਦੇ ਕਾਰਨ ਆਪਣੇ ਪਿੰਡ ਨਹੀਂ ਆ ਸਕੇ। And they really miss their village. ਹਰ ਕਿਸੇ ਦੇ ਬਚਪਨ ਦੀਆਂ ਯਾਦਾਂ ਕੁਝ ਖਾਸ ਜਗ੍ਹਾਵਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ। ਸੋ ਮੈਂ ਕੋਸ਼ਿਸ਼ ਕੀਤੀ ਹੈ ਕਿ ਕੁਝ ਐਸੀਆਂ ਜਗ੍ਹਾ ਮੈਂ ਤੁਹਾਨੂੰ ਜ਼ਰੂਰ ਦਿਖਾਵਾਂ। ਜੋ ਕੁਝ ਜਗ੍ਹਾ ਰਹਿ ਜਾਣਗੀਆਂ ਉਹ ਮੈਂ ਨੈਕਸਟ ਪਾਰਟ ਦੇ ਵਿੱਚ ਕਵਰ ਕਰਾਂਗਾ। ਇਸ ਗਲੀ ਦੇ ਵਿੱਚ ਫੌਜੀ ਅੰਕਲ ਦੀ ਦੁਕਾਨ ਹੁੰਦੀ ਸੀ ਜੋ ਕਿ ਹਜੇ ਵੀ ਹੈ। ਉਸ ਨਾਲ ਘੱਟ ਤੋਂ ਘੱਟ ਮੇਰੀਆਂ ਤਾਂ ਬਹੁਤ ਯਾਦਾਂ ਜੁੜੀਆਂ ਹੋਈਆਂ ਨੇ। ਇਸ ਜਗ੍ਹਾ 'ਤੇ ਪਹਿਲਾਂ ਖੂਹ ਹੁੰਦਾ ਸੀ ਅਤੇ ਧੰਨਾ ਅੰਕਲ ਦੀ ਦੁਕਾਨ ਹੁੰਦੀ ਸੀ। Thank you.
ਦਿਸ ਇਜ਼ ਗੌਰਮੈਂਟ ਹਾਈ ਸਕੂਲ। ਕੌਣ ਕੌਣ ਇਸ ਸਕੂਲ ਵਿੱਚ ਪੜ੍ਹਿਆ ਹੋਇਆ ਹੈ ਪਲੀਜ਼ ਕਮੈਂਟਸ ਦੇ ਵਿੱਚ ਜ਼ਰੂਰ ਲਿਖੋ। ਦਿਸ ਇਜ਼ ਗੌਰਮੈਂਟ ਐਲੀਮੈਂਟਰੀ ਸਮਾਰਟ ਸਕੂਲ। ਪਹਿਲਾਂ ਜੋ ਕਿ ਅਸੀਂ ਆਪਣੇ ਟਾਈਮ 'ਤੇ ਇਸਨੂੰ ਪ੍ਰਾਇਮਰੀ ਸਕੂਲ ਕਹਿੰਦੇ ਸੀ। ਆਓ ਹੁਣ ਤੁਹਾਨੂੰ ਸਾਰਿਆਂ ਨੂੰ ਪਿੰਡ ਜਾਜਾ ਦੇ ਭੀਮ ਮੰਦਰ ਦੇ ਦਰਸ਼ਨ ਕਰਵਾਉਂਦੇ ਹਾਂ।
ਥੈਂਕ ਯੂ।